ਇੱਕ ਬੇਕਾਬੂ ਕਾਰ ਨੇ ਦੋ ਨੌਜਵਾਨਾਂ ਅਤੇ ਇੱਕ ਥਾਣੇਦਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਦਕਿ ਕਿਹਾ ਜਾ ਰਿਹਾ ਕਿ ਥਾਣੇਦਾਰ ਅਤੇ ਦੂਸਰਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਦੋ ਨੌਜਵਾਨ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ਖਸ ਦੇ ਕੋਲੋਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਜਾ ਰਹੀ ਸੀ ਤਾਂ ਇਹਨਾਂ ਦੋਵਾਂ ਨੌਜਵਾਨਾਂ ਨੇ ਉਹਨਾਂ ਨੂੰ ਦੇਖ ਲਿਆ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਆਪਣੀ ਕਾਰ ਦੇ ਵਿੱਚ ਥਾਣੇ ਦੇ ਵਿੱਚ ਪਹੁੰਚਦੇ ਨੇ। ਥਾਣੇ ਦੇ ਵਿੱਚੋਂ ਦੀ ਪੁਲਿਸ ਨੂੰ ਨਾਲ ਲੈ ਕੇ ਉਹ ਜਦੋਂ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਕਿਹਾ ਜਾ ਰਿਹਾ ਕਿ ਜਦੋਂ ਥਾਣੇਦਾਰ ਦੇ ਵੱਲੋਂ ਲੁੱਟ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਉਸ ਸ਼ਖਸ ਦੇ ਕੋਲੋਂ, ਤਾਂ ਇੰਨੇ ਦੇ ਵਿੱਚ ਸੜਕ ਦੇ ਉੱਤੇ ਇੱਕ ਇੰਡੈਵਰ ਕਾਰ ਬੇਕਾਬੂ ਹੋ ਕੇ ਤਿੰਨਾਂ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਉਸਦੇ ਨਾਲ ਵਾਲਾ ਜੋ ਨੌਜਵਾਨ ਸੀ ਉਹ ਅਤੇ ਥਾਣੇਦਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਫਿਲਹਾਲ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਕੇ ਦੂਸਰੇ ਦੀ ਮਦਦ ਕੀਤੀ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਇੰਡੈਵਰ ਕਾਰ ਨੇ ਥਾਣੇਦਾਰ ਅਤੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਕਿਹਾ ਜਾ ਰਿਹਾ ਕਿ ਜੋ ਥਾਣੇਦਾਰ ਹੈ ਉਹ ਇੱਕ ਥਾਂ ਦੇ ਉੱਤੇ ਲੁੱਟ ਹੋਈ ਸੀ, ਉੱਥੇ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚਿਆ ਸੀ ਅਤੇ ਇੰਨੇ ਦੇ ਵਿੱਚ ਇੱਕ ਬੇਕਾਬੂ ਇੰਡੈਵਰ ਕਾਰ ਨੇ ਟੱਕਰ ਮਾਰ ਦਿੱਤੀ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ ਤਕਰੀਬਨ 3:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੰਦੇ ਚੋਰੀਆਂ ਸਨੈਚਰਾਂ ਵਾਲੇ ਘੁੰਮ ਰਹੇ ਆ, ਕਿਸੇ ਨੇ ਦੱਸਿਆ ਸੀ। ਜਿਹਨਾਂ ਨੂੰ ਦੇਖਣ ਵਾਸਤੇ ਸਾਡਾ ASI ਜਸਵੀਰ ਸਿੰਘ ਮੌਕੇ 'ਤੇ ਜਾ ਰਿਹਾ ਸੀਗਾ। ਮੌਕਾ ਦੇਖਿਆ ਕਿ ਵੀ ਅਗਰ ਜੇ ਕੋਈ ਮਾੜੇ ਔਰ ਅਣਸੁਖਾਵੇ ਅਨਸਰ ਤਾਂ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ, ਉਹਨਾਂ ਨੂੰ ਪਕੜਿਆ ਜਾ ਸਕੇ। ਪਰ ਇਨ ਬਿਟਵੀਨ ਇੱਕ ਇੰਡੈਵਰ ਕਾਰ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ, ਬਹੁਤ ਲਾਪਰਵਾਹੀ ਦੇ ਨਾਲ ਲਿਆ ਕਿ ਉਹਨੇ ਸਾਡੇ ਉਹ ਵੈਨੂ ਕਾਰ ਦੇ ਵਿੱਚ ਮਾਰੀ, ਜਿਹਦੇ ਵਿੱਚ 4 ਜਣੇ ਸ਼ਖਸ ਸੀਗੇ, ਜਿਹਦੇ 'ਚ ਇੱਕ ਵਿਅਕਤੀ ਦੀ ਡੈਥ ਹੋ ਗਈ ਹੈ, ਇੱਕ ਦੀ ਲੱਤ ਹੋ ਗਈ, ਔਰ ਸਾਡੇ ਮੁਲਾਜ਼ਮ ਵੀ ਕਾਫੀ ਜ਼ਿਆਦਾ ਇੰਜਰਡ ਹੋਇਆ। ਅਤੇ ਜਿਹੜੀ ਗੱਡੀ ਸੀਗੀ ਇਹ ਮੁਲਾਜ਼ਮ ਦੀ ਗੱਡੀ ਸੀਗੀ ਤੁਹਾਡੇ ਜਾਂ ਕੋਈ? ਨਹੀਂ ਨਹੀਂ, ਪ੍ਰਾਈਵੇਟ ਸ਼ਖਸ ਦੀ ਸੀਗੀ। ਅਤੇ ਉਹ ਇਸ ਮਾਮਲੇ ਹਰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ, ਉਹਦੀ ਵੈਸੇ ਜੋ ਕਿ ਕੋਰੀਅਰ ਦਾ ਕੰਮ ਕਰਦਾ ਸੀਗਾ, ਉਹਦੀ ਡੈਥ ਹੋ ਗਈ ਜੀ? ਉਹਦੀ ਡੈਥ ਹੋ ਗਈ ਜੀ। ਅਤੇ ਸਰ ਹੁਣ ਮਾਮਲਾ ਦਰਜ ਹੋ ਗਿਆ ਜੀ? ਮਾਮਲਾ ਦਰਜ ਹੋ ਗਿਆ ਜੀ, FIR ਨੰਬਰ 9 ਦਰਜ ਹੋ ਗਈ ਹੈ। ਅਤੇ ਇਹਦੀ ਕਾਰਵਾਈ ਕਰਦੇ ਹੋ? ਕਰ ਰਹੇ? ਹਾਂਜੀ ਬਿਲਕੁਲ, ਕਾਰਵਾਈ ਕਰ ਰਹੇ ਹਾਂ ਜੀ। ਕਿਹੜੀਆਂ ਧਾਰਾ 'ਚ ਹੋ ਗਿਆ ਮਾਮਲਾ? 279-304 ਥਾਣੇਦਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਦਕਿ ਕਿਹਾ ਜਾ ਰਿਹਾ ਕਿ ਥਾਣੇਦਾਰ ਅਤੇ ਦੂਸਰਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਦੋ ਨੌਜਵਾਨ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ਖਸ ਦੇ ਕੋਲੋਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਜਾ ਰਹੀ ਸੀ ਤਾਂ ਇਹਨਾਂ ਦੋਵਾਂ ਨੌਜਵਾਨਾਂ ਨੇ ਉਹਨਾਂ ਨੂੰ ਦੇਖ ਲਿਆ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਆਪਣੀ ਕਾਰ ਦੇ ਵਿੱਚ ਥਾਣੇ ਦੇ ਵਿੱਚ ਪਹੁੰਚਦੇ ਨੇ। ਥਾਣੇ ਦੇ ਵਿੱਚੋਂ ਦੀ ਪੁਲਿਸ ਨੂੰ ਨਾਲ ਲੈ ਕੇ ਉਹ ਜਦੋਂ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਕਿਹਾ ਜਾ ਰਿਹਾ ਕਿ ਜਦੋਂ ਥਾਣੇਦਾਰ ਦੇ ਵੱਲੋਂ ਲੁੱਟ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਉਸ ਸ਼ਖਸ ਦੇ ਕੋਲੋਂ, ਤਾਂ ਇੰਨੇ ਦੇ ਵਿੱਚ ਸੜਕ ਦੇ ਉੱਤੇ ਇੱਕ ਇੰਡੈਵਰ ਕਾਰ ਬੇਕਾਬੂ ਹੋ ਕੇ ਤਿੰਨਾਂ ਨੂੰ ਟੱਕਰ ਮਾਰ ਦਿੰਦੀ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਉਸਦੇ ਨਾਲ ਵਾਲਾ ਜੋ ਨੌਜਵਾਨ ਸੀ ਉਹ ਅਤੇ ਥਾਣੇਦਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਤਾਂ ਮਾਮਲਾ
ਲੁਧਿਆਣਾ ਤੋਂ ਸਾਹਮਣੇ ਆਇਆ। ਫਿਲਹਾਲ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੇ ਆਪਣੀ ਜਾਨ ਗਵਾ ਕੇ ਦੂਸਰੇ ਦੀ ਮਦਦ ਕੀਤੀ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਇੰਡੈਵਰ ਕਾਰ ਨੇ ਥਾਣੇਦਾਰ ਅਤੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਕਿਹਾ ਜਾ ਰਿਹਾ ਕਿ ਜੋ ਥਾਣੇਦਾਰ ਹੈ ਉਹ ਇੱਕ ਥਾਂ ਦੇ ਉੱਤੇ ਲੁੱਟ ਹੋਈ ਸੀ, ਉੱਥੇ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚਿਆ ਸੀ ਅਤੇ ਇੰਨੇ ਦੇ ਵਿੱਚ ਇੱਕ ਬੇਕਾਬੂ ਇੰਡੈਵਰ ਕਾਰ ਨੇ ਟੱਕਰ ਮਾਰ ਦਿੱਤੀ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ ਤਕਰੀਬਨ 3:30 ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੰਦੇ ਚੋਰੀਆਂ ਸਨੈਚਰਾਂ ਵਾਲੇ ਘੁੰਮ ਰਹੇ ਆ। ਕਿਸੇ ਨੇ ਦੱਸਿਆ ਸੀ ਜਿਹਨਾਂ ਨੂੰ ਦੇਖਣ ਵਾਸਤੇ ਸਾਡਾ ASI ਜਸਵੀਰ ਸਿੰਘ ਮੌਕੇ 'ਤੇ ਜਾ ਰਿਹਾ ਸੀਗਾ। ਮੌਕਾ ਦੇਖਿਆ ਕਿ ਵੀ ਅਗਰ ਜੇ ਕੋਈ ਮਾੜੇ ਔਰ ਅਣਸੁਖਾਵੇ ਅਨਸਰ ਅਤੇ ਉਹਨਾਂ ਨੂੰ ਕਾਬੂ ਕਰਤਾ ਜਾ ਸਕੇ, ਉਹਨਾਂ ਨੂੰ ਪਕੜਿਆ ਜਾ ਸਕੇ। ਪਰ ਇਨ ਬਿਟਵੀਨ ਇੱਕ ਇੰਡੈਵਰ ਕਾਰ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ, ਬਹੁਤ ਲਾਪਰਵਾਹੀ ਦੇ ਨਾਲ ਲਿਆ ਕਿ ਉਹਨੇ ਸਾਡੇ ਉਹ ਕਾਰ ਵੈਨੂ ਕਾਰ ਦੇ ਵਿੱਚ ਮਾਰੀ, ਜਿਹਦੇ ਵਿੱਚ 4 ਜਿਹੇ ਸ਼ਖਸ ਸੀਗੇ, ਜਿਹਦੇ 'ਚ ਇੱਕ ਵਿਅਕਤੀ ਦੀ ਡੈਥ ਹੋ ਗਈ ਹੈ, ਇੱਕ ਦੀ ਲੱਤ ਹੋ ਗਈ, ਔਰ ਸਾਡੇ ਮੁਲਾਜ਼ਮ ਵੀ ਕਾਫੀ ਜ਼ਿਆਦਾ ਇੰਜਰਡ ਹੋਇਆ। ਅਤੇ ਜਿਹੜੀ ਗੱਡੀ ਸੀਗੀ ਇਹ ਮੁਲਾਜ਼ਮ ਦੀ ਗੱਡੀ ਸੀਗੀ ਤੁਹਾਡੀ ਜਾਂ ਕੋਈ? ਨਹੀਂ ਨਹੀਂ, ਪ੍ਰਾਈਵੇਟ ਸ਼ਖਸ ਦੀ ਸੀਗੀ। ਅਤੇ ਉਹ ਇਸ ਮਾਮਲੇ ਹਰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ, ਉਹਦੀ ਵੈਸੇ ਜੋ ਕਿ ਕੋਰੀਅਰ ਦਾ ਕੰਮ ਕਰਦਾ ਸੀਗਾ, ਉਹਦੀ ਡੈਥ ਹੋ ਗਈ ਜੀ? ਉਹਦੀ ਡੈਥ ਹੋ ਗਈ ਜੀ। ਅਤੇ ਸਰ ਹੁਣ ਮਾਮਲਾ ਦਰਜ ਹੋ ਗਿਆ ਜੀ? ਮਾਮਲਾ ਦਰਜ ਹੋ ਗਿਆ ਜੀ, FIR ਨੰਬਰ 9 ਦਰਜ ਹੋ ਗਈ ਹੈ। ਅਤੇ ਇਹਦੀ ਕਾਰਵਾਈ ਕਰਦੇ ਹੋ? ਕਰ ਰਹੇ? ਹਾਂਜੀ ਬਿਲਕੁਲ, ਕਾਰਵਾਈ ਕਰ ਰਹੇ ਹਾਂ ਜੀ। ਕਿਹੜੀਆਂ ਧਾਰਾ 'ਚ ਹੋ ਗਿਆ ਮਾਮਲਾ? 279-304 427-337-38 ਨਹੀਂ, ਗੱਡੀ ਕਰੀ ਆ, ਬੰਦੇ ਦੇ ਲੱਗੇ ਹੋਏ ਆ, ਜਲਦੀ ਫੜ ਲਾਂਗੇ।